ਇੰਨਾ ਦਾ ਹੱਲ ਕੀ ਕਰੇ ਬੰਦਾ ਆ ਫਿਰ ਦੰਗਾ ਗਾਂਜਾ ਲੈ ਫਿਰ ਬੱਗ ਆ ਗਿਆ ਅੱਜ ਆ ਝੋਨਾ ਤਾਂ ਮਿਲ ਤਾ ਅੱਗੇ ਸਾਰਾ ਬਾਸਪਤੀ ਵੀ ਮਿਲਦੀ ਹੁਣ ਚੱਲਿਆ ਫਿਰ ਇਹਨਾਂ ਦੇ ਕੋਲ ਦੱਸੋ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਫਿਰਦੀਆਂ ਸਾਰੀ ਬਾਸਪਤੀ ਮਿਲ ਦਿੱਤੀ ਇਹਨਾਂ ਨੇ ਆ ਝੋਨੇ ਦਾ ਹਾਲ ਵੇਖ ਲਓ ਹੁਣ ਜੇ ਠੇਕੇ ਵਾਲਾ ਹੋਊਗਾ ਠੇਕਾ ਤਾਂ ਅਗਲਾ ਪੂਰਾ ਲਊਗਾ ਨਾ ਠੇਕੇ ਤੇ ਬੰਦੇ ਨੂੰ ਲਈ ਹੋਊਗੀ ਤਾਂ ਬਾਸਪਤੀ ਦਾ ਹਾਲ ਵੀ ਇਹੀ ਆ ਢੱਠਾ ਨਾਲ ਆ ਇਹ ਨਹੀਂ ਵੀ ਤਾਂ ਪੈ ਹੀ ਨਿਕਲੇ ਮਗਰ ਡਰਦੀਆਂ ਵੀ ਉਹੀ ਨਹੀਂ ਇਹ ਕੀ ਕਰੂ ਬੰਦਾ ਹਟ ਜਾਓ ਜੇ ਗਵਾਂਢੀਆਂ ਦੇ ਵੜ ਗਈ ਕੋਈ ਗਾਂ ਤਾਂ ਰੌਲੇ ਨੂੰ ਥਾਂ ਲਓ ਵੇਖ ਲਓ ਵਗ ਜਾਂਦਾ ਬਰਾਤ ਆਹ ਝੋਨੇ ਦੀ ਹਾਲਤ ਵੇਖ ਲਓ ਝੋਨੇ ਦੀ ਆਹ ਝੋਨੇ ਦੇ ਵਿੱਚ ਵੀ ਜਾਂਦੀਆਂ ਵੇਖੀ ਚੱਲੋ ਲਓ ਗਾਈਆਂ ਦਾ ਹਾਲ ਨਹੀਂ ਹੋਇਆ ਨਾ ਹੋਣਾ ਇਹਦਾ ਵੋਟਾਂ ਦਾ ਮੁੱਦਾ ਹੀ ਬਣਨਾ ਲਓ ਆ ਜਾਂਦੀਆਂ ਲੈਣ ਬੰਨੀ ਡਰਦੀਆਂ ਵੀ ਸਾਹਮਣੇ ਖਾਈ ਜਾਂਦੇ ਉਦੋਂ ਗੁੱਸਾ ਵਾਲਾ ਆਉਂਦਾ ਇੱਕ ਆਹ ਵਾ ਨਾ ਜਿਹੜੀ ਆਹ ਵਾਲੀ ਗਾ ਇਹ ਇਕੱਲੇ ਵੀ ਰਹਿੰਦੀ ਇਹਨੇ ਜਾਣਾ ਨਹੀਂ ਬੱਗ ਦੇ ਨਾਲ ਇਹ ਤਾਂ ਹੁੰਦਾ ਵੀ ਇਕੱਲੀ ਮੁੜ ਜਾ ਇਹ ਨਹੀਂ ਨਿਕਲਦੀ ਇੱਥੋਂ ਆਹ ਵੇਖੋ ਵੇਖਿਆ ਇਕੱਲੀ ਨਿਕਲ ਗਈ ਨਾ ਇਹਨੇ ਜਹਿਣੀਆਂ ਲੈਣੀਆਂ ਅੱਗੇ ਬਹੁਤ ਜਹਿਣੀਆਂ ਲਈਆਂ ਮੇਰੀਆਂ ਇਕੱਲੀ ਨਹੀਂ ਇਹ ਨਹੀਂ ਜਾਂਦੀ ਕਿਸੇ ਪਾਸੇ ਇਹਨੇ ਫਿਰ ਆ ਜਾਣਾ ਇਹਨੇ ਦੇਖੀ ਜਾਣਾ ਵੀ ਮੈਂ ਉੱਠ ਕੇ ਨਹੀਂ ਉੱਠ ਗਿਆ ਝੱਕ ਹੀ ਜਾਣਾ ਇੱਧਰ ਨੂੰ ਉਹ ਤਾਂ ਬੱਗ ਹੋ ਗਿਆ ਪਈ ਪੈ ਗਿਆ ਗਾਂਹ ਜਾਵਾਂਗੇ ਕਿਉਂਕਿ ਅਲੱਗ ਕੁਗਾ ਸਾਡੇ ਵਾੜਤੀਆਂ ਨਾ ਤੇ ਆਹ ਗਾਂ ਨਹੀਂ ਜਾਣਾ ਕਦੇ ਇਹਨੇ ਇੱਥੇ ਗੇੜੇ ਕੱਢੀ ਜਾਣੇ ਇੰਨੇ ਨੇਰੇ ਗੇ ਫਿਰ ਮੁੜੇ ਆਉਣਾ ਇਹਨੇ ਇਕੱਲੀ ਨੇ ਅੱਗੇ ਨੇ ਐਂ ਕੀਤਾ ਤਿੰਨ ਚਾਰ ਗੇੜੇ ਕੱਢੇ ਆ ਮੈਂ ਤਰਜਾ ਤਰਜਾ ਉਹ ਗਾਂ ਉਹ ਹਟ ਗਈ ਤੇ ਆਹ ਵਾਲੀ ਗਾਂ ਆਹ ਖੜੀ ਆਹ ਖੜੀ ਆ ਇਹਨੇ ਫਿਰ ਮੋੜੇ ਆਉਣਾ ਝੁੰਡ ਜਦੋਂ ਤਰ ਗਿਆ ਨਾ ਇਹ ਇਕੱਲੀ ਨੇ ਮੁੜੇ ਆਉਣਾ ਆਹ ਵੇਖੋ ਝੋਨਾ ਛੱਡਿਆ ਹੀ ਨਹੀਂ ਨਾ ਬਾਸਪਤੀ ਛੱਡੀ ਆ ਆਹ ਝੋਨਾ ਆਹ ਝੋਨਾ ਖੜਾ ਇੱਕ ਆਹ ਝੋਨਾ ਮਾ ਇਹਨੇ ਆਪਦਾ ਆਪ ਹੀ ਨਹੀਂ ਪੂਰਾ ਕਰਨਾ ਜਿਹੜੀਆਂ ਦਵਾਈਆਂ ਪਈਆਂ ਉਹ ਵੀ ਨਹੀਂ ਪੂਰੀਆਂ ਆਉਣੀਆਂ ਉੱਤੋਂ ਖਾਧਾ ਪਿਆ ਸਾਰਾ ਅੱਗੇ ਵੀ ਦਿਖਾਇਆ ਸੀ ਕੀ ਦਿਖਾਵਾਂ ਤੁਹਾਨੂੰ ਵੀਡੀਓ 'ਚ ਸਤਾਏ ਪਏ ਆ ਆਹ ਝੋਨਾ ਵਾ ਇਹਦੇ ਨਾਲ ਖਾਲੀ ਪਿਆ 'ਚ ਬਰਸੀਨ ਬੀਜਣਾ ਹੁਣ ਉਹਦੇ ਵਿੱਚ ਭੱਜ ਲੈਂਦੇ ਆ ਜਦੋਂ ਉਹਦੇ 'ਚ ਭੱਜਦੇ ਆ ਜੇ ਬੀਜਿਆ ਹੋਵੇ ਬਰਸੀਨ ਤਾਂ ਉਹਦੇ ਵੀ ਚੱਖਣਾ ਪੱਟ ਦੇਣ ਹੁਣ ਜਦ ਤਾਰ ਨਹੀਂ ਲੱਗਦੀ ਤਾਰ ਲਾ ਕੇ ਬੀਜਣਾ ਪੈਣਾ ਉੱਦਾਂ ਉਹ ਬੀਜਿਆ ਨਹੀਂ ਜਾਣਾ ਤੁਸੀਂ ਝੋਨੇ ਦੀ ਨਿਗਾਹ ਮਾਰ ਲਓ ਛੱਡਿਆ ਦਾ ਕੁਛ ਆਈ ਬਾਸਪਤੀ ਦਾ ਕੁਛ ਨਹੀਂ ਛੱਡਿਆ ਪੱਲੇ ਕੁਛ ਨਹੀਂ ਪੈਣਾ ਇਹਦੇ 'ਚੋਂ ਵੀ ਲਓ ਲਓ ਆਹ ਵੇਖ ਲਓ ਕੀ ਨਿਕਲੂ ਇਹਦੇ 'ਚੋਂ ਆਹ ਪਿਆ ਟੁੱਟਿਆ ਭੱਜਿਆ ਸਾਰਾ ਗਾਈਆਂ ਦਾ ਮਿੱਧਿਆ ਪਿਆ ਪੂਰਾ ਲਓ ਐਂ ਝੋਨਾ ਖੜਾ ਹੁੰਦਾ ਇਹਨੂੰ ਵੇਖ ਕੇ ਤਾਂ ਮਨ ਖਰਾਬ ਹੋ ਜਾਂਦਾ ਇੰਨੇ ਨੂੰ ਲਹੂ ਆਹ ਝੋਨਾ ਕੀ ਬੰਦਾ ਹੱਲ ਹੈ ਕੋਈ ਇਹਦਾ ਉਹੀ ਗੱਲ ਆ ਜੇ ਠੇਕੇ ਵਾਲਾ ਹੋਵੇ ਉਹ ਕਹੇ ਠੇਕਾ ਤਾਂ ਪੂਰਾ ਲੈਣਾ ਜੱਟ ਐਂ ਰਗੜਾ ਜਾਂਦਾ ਐਂ ਬਾਸਪਤੀ ਦਾ ਇੱਕ ਕਿੱਲਾ ਘੱਟ ਗਿਆ ਸਮਝ ਲਓ ਝੋਨੇ ਦਾ ਕਿੰਨੇ ਪੈਸੇ ਘੱਟ ਗਏ ਉਹੀ ਪੈਸੇ ਗਾਂਹ 'ਚ ਪੂਰੇ ਹੁੰਦੇ ਤਾਂ ਕੰਮ ਆਉਂਦੇ ਅਤੇ ਇੰਨੇ ਐਡ ਘੱਟ ਜਾਣੇ ਆ ਬਸ ਉਹੀ ਗੱਲ ਆ ਜਾਂਦੀ ਵੀ ਰੱਬ ਨੇ ਜਿਹੜਾ ਦੇਣਾ ਉਹੀ ਦੇਣਾ ਠੀਕ ਆ ਨਾ ਚਲੋ ਬਾਕੀ ਵੇਹਣੇ